ਜਦੋਂ ਗਗਨ ਲਾਲੀ ਤੇ ਸਨੀਆ ਕਟਿਆਲ ਦਾ ਡਿਵੋਰਸ ਹੋਇਆ ਸੀ ਤਾਂ ਸਨੀਆ ਕਟਿਆਲ ਨੂੰ ਲੋਕਾਂ ਦੀਆਂ ਬਹੁਤ ਸਾਰੀਆਂ ਗੱਲਾਂ ਸੁਣਨੀਆਂ ਪਈਆਂ ਸੀ ਪਰ ਇਹਨਾਂ ਚੀਜ਼ਾਂ ਨੂੰ ਇਗਨੋਰ ਕਰਦੇ ਹੋਏ ਸਨੀਆ ਕਟਿਆਲ ਅੱਗੇ ਵੱਧ ਗਈ ਪਰ ਅਜੇ ਵੀ ਸਨੀਆ ਕਟਿਆਲ ਨੂੰ ਉਹਦੇ ਸੋਸ਼ਲ ਮੀਡੀਆ ਅਕਾਊਂਟਸ ਤੇ ਬਹੁਤ ਸਾਰੇ ਨੈਗੇਟਿਵ ਕਮੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਤਾਂ ਸਨੀਆ ਕਈ ਵਾਰੀ ਇਗਨੋਰ ਕਰ ਦਿੰਦੀ ਹੈ ਪਰ ਕਈ ਵਾਰੀ ਉਹ ਉਹਨਾਂ ਦਾ ਜਵਾਬ ਵੀ ਦਿੰਦੀ ਹੈ ਜਿਵੇਂ ਕਿ ਇੱਕ ਕੁੜੀ ਨੇ ਸਨੀਹਾ ਕਟਿਆਲ ਨੂੰ ਕਿਹਾ ਏ ਹੋਰ ਵੀ ਲੱਭ ਲਿਆ ਇੰਨੀ ਛੇਤੀ ਸ਼ਰਮ ਨਹੀਂ ਆਉਂਦੀ ਇਹੋ ਜਿਹਾ ਕੁਝ ਪਾਉਂਦੀ ਨੂੰ ਪਹਿਲਾਂ ਇੱਕ ਨਾਲ ਨਿਭਾਈ ਨਹੀਂ ਗਈ ਹੁਣ ਦੂਜੇ ਦਾ ਜ਼ਰੂਰ ਘਰ ਵਸਾਵੇਂਗੀ ਇਹ ਕਮੈਂਟ ਦੇਖਦਿਆਂ ਸਨੀਹਾ ਕਟਿਆਲ ਵੀ ਚੁੱਪ ਨਹੀਂ ਰਹੀ ਉਹਨੇ ਨਾਲ ਦੀ ਨਾਲ ਹੀ ਇਸ ਚੀਜ਼ ਦਾ ਜਵਾਬ ਦੇ ਦਿੱਤਾ ਉਹਨੇ ਕਿਹਾ ਨਹੀਂ ਮੈਨੂੰ ਨਹੀਂ ਆਉਂਦੀ ਸ਼ਰਮ ਕਿਉਂਕਿ ਮੇਰੀ ਤੁਹਾਡੀ ਵਰਗੀ ਸੋਚ ਨਹੀਂ ਹੈ ਹੁੰਦੀ ਤੁਹਾਡੇ ਵਰਗੀ ਸੋਚ ਇੱਕ ਕੁੜੀ ਹੋ ਕੇ ਤਾਂ ਜ਼ਰੂਰ ਸ਼ਰਮ ਆਉਂਦੀ ਆਪਣੇ ਆਪ 'ਤੇ ਅਤੇ ਮੈਂ ਨੋਰਮਲ ਜਿਹਾ ਗਾਣਾ ਪਾਇਆ ਤੁਸੀਂ ਗਿਆਨ ਦੇਣ ਆਏ ਹੋ ਕਿਉਂਕਿ ਕੁੜੀਆਂ ਜੇ ਮੁੰਡਾ ਹੋਵੇ ਕਵੇ ਵਿਆਹ ਕਰਾਉਣ ਲੱਗਾ ਦੁਬਾਰਾ ਤੁਹਾਡੇ ਵਰਗੇ ਕਹਿੰਦੇ ਹੁੰਦੇ ਗੁੱਡ ਮੂਵ ਔਨ ਹੋਵੋ ਸ਼ਰਮ ਨਹੀਂ ਆਉਂਦੀ ਕੁੜੀਆਂ ਨੂੰ ਇੱਕ ਕੁੜੀ ਨੂੰ ਆ ਕੁਝ ਬੋਲਦੇ ਬਹੁਤ ਕੁਛ ਨਹੀਂ ਕਹਿ ਸਕਦੇ ਇੱਥੋਂ ਤੁਹਾਡੇ ਸੰਸਕਾਰਾਂ ਦਾ ਪਤਾ ਲੱਗਦਾ ਹੈ ਕਿ ਕਿਸੇ ਬਾਰੇ ਨਾ ਪਤਾ ਹੁੰਦੇ ਕਿਸੇ ਨੂੰ ਕਿੱਦਾਂ ਬੋਲੀ ਦਾ ਰੱਬ ਅਕਲ ਦੇਵੇ ਵਾਹਿਗੁਰੂ ਮੀਰ ਕਰੇ ਬਾਕੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜ਼ਰੂਰ ਦੱਸਿਓ ਜਿਹੜੇ ਚੈਨਲ 'ਤੇ ਨਵੇਂ ਨੇ ਉਹ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ।